हाँ जी, सत श्री अकाल जी सारयां नूं। मैं तुहाडा अपना दलवीर, पहलां दा छोटियां नूं प्यार ते वड्डियां नूं बहुत सारा सत्कार। ये सेहत नहीं सीगी मेरी ठीक, तां करके इन्ने दिन ब्लॉग नहीं बना होया, बुखार बहुत चढ़िया सीगा। हुण वी मैं मैडिसिन लैण ही चलां ते मैं कहा चलो नाले तुहानूं तुसीं जिद्दां कहा सीगा स्कूल दी वीडियो बनायो ते उह मैं बनाउण लगा अज स्कूल दी वीडियो। बाहरों बाहरों वी बनाऊंगा क्योंकि टाइम थोड़ा घट आ, मैं मैडिसिन लैण जाणा अगे, नाले मैं तुहानूं दिखाऊंगा कित्थे बैठदे हुंदे सी। साडे इत्थे जगह आ लागे, उत्थे बहिंदे हुंदे सी। नाले एक गल होर, बहुत वीर भरा पुछदे आ वी पिंड किहड़ा तुहाडा भाजी, वी पिंड किहड़ा आ। पिंड मेरा हैगा जी बजाजा, बजाज पिंड आ मेरा, डिस्ट्रिक्ट कपूरथला, करतारपुर तों 10 किलोमीटर आ। मेरे जिहड़े दूर दे उहनां नूं शायद ना पता होवे, करतारपुर तों 10 तों 15 किलोमीटर पै जांदा, पलाथ तों भोगपुर रोड। नाले मैं क्या चल दवाई लै आउने आ ते नाले तुहानूं दिखाउणा मैं ਅਸੀਂ ਕਿੱਥੇ ਬੈਠਦੇ ਹੁੰਦੇ ਸੀ, ਕਿੱਥੇ ਗੱਪ ਛੱਪ ਮਾਰਦੇ ਹੁੰਦੇ ਸੀ ਬਹਿ ਕੇ। ਆਜੋ ਫਿਰ ਚਲੀਏ, ਤਿਆਰ ਹੋਣ ਲੱਗ ਰਿਹਾ ਉਹ ਸ਼ਹਿਰ ਨੂੰ ਜਾਣ ਲਈ। ਆਜੋ ਜਾ ਕੇ ਦੇਖਦੇ ਮੱਲੀ ਕੀ ਕਰਦਾ ਪਿਆ। ਹੁਣ ਤਾਂ ਮੈਂ ਉਦਾਂ ਨੂੰ ਕੀਤਾ ਸੀਗਾ दवाई लैन जाना, कहिंदा भी आ जा। हुण मैं फोन दोबारा कीता उहनूं, नाले एक गल होर भी इंस्टाग्राम मेरा हैगा आ dalveer.mokha DALVVAN वाली IR dalveer.mokha। दो आईडियां मेरिया बहुत कहिंदे आ भी तुहाडी आईडी एक चलदी आ, एक ही चलदी मेरी आईडी, दूसरी नहीं चलदी हैगी क्योंकि ना मैं उहदा पासवर्ड भुल गया सीगा ते उह नहीं चलदी हैगी। पहलां मैं चलिया मल्ली नूं लैण उहदे घरे, घरों मल्ली नूं चक के ते फिर आपां जाणा दवाई लैण। नाले मैं तुहानूं दिखाउणा स्कूल अपना, नाले मैं दिखाउणा तुहानूं ਬੈਠਦੇ ਹੁੰਦੇ ਸੀਗੇ ਬੰਕ ਕਰਕੇ। ਲੋ ਵੀ ਮੱਲੀ ਆ ਗਿਆ, ਮੱਲੀ ਲਿਸ਼ਕ ਪੁਸ਼ਕ ਕੇ ਆਇਆ। ਵੀਰੇ ਆਪਾਂ ਦਵਾਈ ਲੈਣ ਹੀ ਜਾਣਾ ਸੀਗਾ। ਉਹ ਦਵਾਈ ਮੈਂ ਜਗ੍ਹਾ ਤੇ ਮੱਥਾ ਟੇਕ ਕੇ ਆਉਣਾ ਯਾਰ, ਹੁਣ ਲਿਸ਼ਕੇ ਪੁਸ਼ਕੇ ਬਣਾ ਵਾ, ਨਹਾ ਕੇ ਜਗ੍ਹਾ ਜਾਣਾ, ਬਾਬਾ ਮਨਾਉਣਾ ਕਿ ਨਹੀਂ, ਬਾਹਰ ਜਾਣਾ ਕਿ ਨਹੀਂ। ਬਾਪੂ ਦਿਨੇ ਰਾਤ ਉੱਠਦਾ ਪੈਂਦਾ ਗਲਾ ਕੱਢਦਾ। ਆਹ ਫੜ, ਬੜੇ ਕਿਸਾਨਾਂ ਵਾਲੇ ਆਪਾਂ ਝੰਡੇ ਲਾਤੇ ਨੇ, ਜਦ ਨਹੀਂ ਹੋਈ ਕੁਛ। सही कि झूठ कह गए। कल राती सेट हो गया। लो भी मित्रो, आ मेरा हैगा स्कूल, इथे मैं पढ़िया वा, 10th तक मैं इथे पढ़िया, ए तू बाद च फिर गा फिर ਹੋਰ ਕਿਤੇ ਚਲ ਗਏ ਸੀਗੇ। ਮੱਲੀ ਮੱਲੀ ਤੋਂ ਦਾ ਹੋਰ ਕਿਤੇ ਪੜਿਆ ਹੁੰਦਾ, ਆਪਾਂ ਪੇਂਟ ਹੀ ਧੱਕੇ ਖਾਦੇ ਵੀਰੇ। ਇਹ ਮੇਰੇ ਨਾਲ ਪੜਿਆ 5 ਸਾਲ ਬਾਅਦ ਦੇ ਵਿੱਚ, ਇਹ ਹੋਰ ਕਿਤੇ ਲੱਗ ਗਿਆ ਸੀਗਾ, ਮੈਂ ਹੋਰ ਕਿਤੇ ਲੱਗ ਗਿਆ। ਕਹਿੰਦੇ ਨੇ ਸਰਕਾਰੀ ਸਕੂਲ ਇਨਕਲਾਬ ਜਿੰਦਾਬਾਦ, ਮੈਂ ਸਰਕਾਰੀ ਚਲ ਗਈ ਜੀ। ਮੈਂ ਇੱਥੇ ਪੜਿਆ, ਇਹ ਦੇਖ ਲਓ ਧਿਆਨ ਦੇ ਨਾਲ, ਆ ਸਕੂਲ ਆ ਮਿੱਤਰੋ, ਅੰਦਰ ਨਹੀਂ ਜਾਣਾ ਕਿਉਂਕਿ ਐਤਮਾਨ ਬਹੁਤ ਕਰਦੇ ਹੈ, ਕਹਿੰਦੇ ਚਾਹ ਪਾਣੀ ਪੀਣ ਤੋਂ ਬਿਨਾਂ ਨਹੀਂ ਤੁਹਾਨੂੰ ਜਾਣ ਦੇਣਾ। ਤੇਰਾ ਦੇ ਨਾਲ ਹੋਣਾ, ਨਾਲ ਸਾਡਾ ਵੀ ਹੋਣਾ। ਮੈਨੂੰ ਮੇਰਾ ਐਤਮਾਨ ਬਹੁਤ ਜ਼ਿਆਦਾ ਕਰਦੇ ਆ ਇਹ, ਤਾਂ ਕਰਕੇ ਨਾ ਹੁਣ ਇੱਥੋਂ ਆਪਾਂ ਚਲੀਏ ਵਾਪਸ। ਤੁਹਾਨੂੰ ਮੈਂ ਦਿਖਾਉਣਾ ਹੁਣ, ਇੱਧਰੋਂ ਦੀ ਰਾਹ ਜਾਂਦਾ ਉਹਦਾ ਕੱਚਾ ਜਾਂਦਾ ਵਾ, ਇੱਧਰੋਂ ਚੱਲ ਜਾਈਏ ਉੱਥੋਂ ਚਲੀਏ ਘੁੰਮ ਕੇ। ਜਾਂਦਾ ਰਾਹ ਪਰ ਦੇਖਦੀ ਜਗ੍ਹਾ ਪੀਰਾਂ ਦੀ ਜਗ੍ਹਾ, ਇੱਥੇ ਮੇਲਾ ਬਹੁਤ ਤਗੜਾ ਲੱਗਦਾ,
ਤਕੜਾ ਮੇਲਾ ਲੱਗਦਾ ਸਾਨੂੰ ਇੱਥੋਂ ਜੀ ਇੱਥੇ ਕਹਿੰਦੇ ਕੋ ਹੁੰਦੇ ਗਾਇਕ ਕਿੱਥੇ ਆਉਂਦੇ ਆ ਆਉਂਦੇ ਆ ਨਾ ਅਸੀਂ ਤਾਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਕੀ ਕਰਨਾ ਇੱਧਰੋਂ ਸਾਈਕਲ ਚਾੜਨਾ ਪਹਿਲਾਂ ਔਖੇ ਹੋ ਕੇ ਚਾੜਨਾ ਉੱਤੋਂ ਨਾ ਬਹਿ ਕੇ ਜਾਣਾ ਉਹਦੇ ਤੇ रात नू रोटी ना गाना घर बस ए कुछ ही रह गया पठा चौंक बजाज आ गया फिर ये साडे छोटा जिहा कस्बा आ कैमरामैन दिखाऊ मेरा जी निक्की हुंदे जिद्दां बाजियां मारदे ना मार के दसांगे हुण वी कई ने कहना भी तेरे फादर साहब निहंग सिंह ਪੀਰਾਂ ਦੀ ਜਗ੍ਹਾ ਤੇ ਮੱਥਾ ਟੇਕਣ ਗਿਆ ਵੀਰੇ ਸਭ ਮਨ ਦੀਆਂ ਗੱਲਾਂ ਹੀ ਆ ਮੈਂ ਤਾਂ ਸਾਰਿਆਂ ਨੂੰ ਮੰਨਦਾ ਆਪਾਂ ਤੇ ਸਾਰਿਆਂ ਨੂੰ ਨਮਸਕਾਰ ਕਰੀਦਾ ਸਾਰਿਆਂ ਦੇ ਮੂਹਰੇ ਸਿਰ ਝੁਕਾਈਦਾ ਏਦਾਂ ਨਹੀਂ ਕੁਛ ਵੀ ਹੁੰਦਾ ਵੀ ਉਹ ਨਿਹੰਗ ਸਿੰਘ ਆ ਤੇ ਆਪਾਂ ਉਹਨਾਂ ਨੂੰ ਨਹੀਂ ਮੰਨਣਾ ਤੇ ਇਹਨਾਂ ਨੂੰ ਨਹੀਂ ਮੰਨਣਾ ਕਿ ਨਹੀਂ ਮੰਨੀ ਸਿਆ ਸੋਲਾ ਨੇ ਗੱਲ ਸੱਚੇ ਆਪਾਂ ਤੇ ਸਭ ਨੂੰ ਮੰਨੀਦਾ ਇੱਥੋਂ ਤਾਂ ਜਗ੍ਹਾ ਜਾਂਦੀ ਸੀ ਮੈਂ ਆ ਕੇ ਨਾ ਹੁਣ ਜਾਂਦੀ ਨਹੀਂ ਕਿਤੇ ਆ ਮੁੜ ਜਿਓ ਨਾ ਖੱਬੇ नैट लगा इथे साडा मैच पाओगे ना इथे पहला मेरे अंदर डाटा तो लैके खुराक पाओ मैच बाहर दी गल मेरा शरीर नहीं चलन दिया तेनू मैच दी पई है लगा नैट दो तीन साल बाद ही आया मेन काम पहला यही करना इतने ना बहुत तकड़ा मेला लगता जिदा हर साल सब गायक होंगे इतने बहुत ज़्यादा वधिया मेला हों देखने वाला हों मेला उदा शरदा
ਸ਼ਰਧਾ ਆਪੋ ਆਪਣੀ ਸ਼ਰਧਾ ਹੋਵੇ ਸਭ ਕੁਛ ਮਿਲਦਾ ਬੰਦੇ ਨੂੰ। ਇੱਕ ਇਹ ਵੀ ਜਗ੍ਹਾ ਆ ਜੀ ਥੱਲੇ ਖਵਾਜਾ ਸਾਹਿਬ ਦੀ ਆ, ਇੱਥੇ ਆਪਾਂ ਬਾਅਦ 'ਚ ਜਾਂਦੇ ਮੱਥਾ ਟੇਕਣ। ਪਹਿਲਾਂ ਮੈਂ ਤੁਹਾਨੂੰ ਨਾ ਆਲੇ ਦੁਆਲੇ ਦਿਖਾਉਣਾ, ਬੜੀ ਇੱਥੇ ਨਾ ਸ਼ਾਂਤੀ ਜਿਹੀ ਆਉਂਦੀ ਬੰਦੇ ਨੂੰ ਆ ਕੇ, ਬਹੁਤ ਬੰਦੇ ਨੂੰ ਰਿਲੈਕਸ ਜਿਹਾ ਫੀਲ ਹੁੰਦਾ। ਬਹੁਤ ਬੰਦੇ ਨੂੰ ਸ਼ਾਂਤੀ ਆਉਂਦੀ ਇੱਥੇ, ਜਗ੍ਹਾ ਉੱਚੀ ਆ ਇਹ ਆਲੇ ਦੁਆਲੇ ਸਾਰਾ ਦੀ। ਇੱਧਰ ਉੱਧਰਲੇ ਬੰਨੇ ਨਾ ਆਪਾਂ ਇੱਧਰ ਕਰੀ ਹਾਂ, ਜਿੱਧਰ ਜਾਣ ਡੇ ਆ ਉੱਧਰਲੇ ਬੰਨੇ ਜਾ ਕੇ ਨਾ ਤੁਹਾਨੂੰ ਦਿਖਾਉਣੇ ਆ ਜਿਹੜੀ ਸਾਰੀ ਜ਼ਮੀਨ ਆ ਨਾ ਉਹ ਸਾਨੂੰ ਨੀ ਪਤਾ ਕਿਹਦੀ ਆ, ਪਰ ਤੁਹਾਨੂੰ ਮੈਂ ਪਹਿਲਾਂ ਮਾਰ ਕੇ ਲੱਕ ਚਲਾਉਣਾ ਹੁਣ ਯਾਰ, ਬਹੁਤ ਪੱਥਰ ਪੁੱਥਰ ਹੋ ਗਏ ਆ ਨਾ, ਹੁਣ ਨੀ ਬਾਜ਼ੀਆਂ ਮੱਚਣੀਆਂ। ਇੱਧਰ ਨੂੰ ਆ ਜਾ, ਮੈਂ ਨਾ ਅੱਜ ਸਪੈਸ਼ਲ ਲਿਆਇਆ ਬੰਦਾ ਨਾਲ ਬੋਲਣ ਨੂੰ, ਕਿਉਂਕਿ ਤੁਹਾਨੂੰ ਪਤਾ ਅੱਗੇ ਮੈਂ ਬਥੇਰਾ ਬੋਲਦਾ ਹੁੰਦਾ, ਪਰ ਮੇਰਾ ਨਾ ਬਿਮਾਰ ਹੋਣ ਕਰਕੇ ਮੇਰਾ ਗਲਾ ਖਰਾਬ ਆ ਦੁਖਦਾ, ਤੇ ਮੇਰੇ ਤੋਂ ਬੋਲ ਨਹੀਂ ਹੁੰਦਾ ਜ਼ਿਆਦਾ, ਇਸ ਲਈ ਨਾ ਮੈਂ ਮੱਲੀ ਨੂੰ ਲੈ ਕੇ ਆਇਆ ਗਾਲੜੀ ਆ। ਇਹ ਗਾਲੜੀ ਆ ਇਹ ਚੰਗਾ ਸਾਡਾ ਬੰਦਾ। ਇਹ ਨਾ ਇੱਧਰੋਂ ਬਹੁਤ ਔਖੇ ਹੋ ਗਏ, ਜਿੱਦਾਂ ਨਿਆਣੀ ਮੱਤ ਸਾਈਕਲ ਚੜਾਉਣੇ ਇੱਧਰੋਂ ਉੱਤੇ ਨੂੰ, ਤੇ ਇੱਧਰੋਂ ਫਿਰ ਅਸੀਂ ਜਾਣਾ ਥੱਲੇ ਨੂੰ, ਦੋ ਤਿੰਨ ਜਾਣਿਆਂ ਨੇ। ਇੱਕ ਵਾਰੀ ਮੱਲੀ ਹੋਣਾਂ ਦੀ ਬ੍ਰੇਕ ਨਹੀਂ ਲੱਗੀ, ਮੱਲੀ ਚੇਤਾ ਉਹ ਤੇ ਪਏ ਸੀ ਆਪਾਂ ਤਿੰਨੇ ਹੀ ਜਾਣੇ, ਮੈਂ ਨਾਲ ਹੀ ਗਿਆ ਪਿੱਛੇ ਬੈਠਾ ਸੀ। ਇਹ ਨਾ ਵਿਊ ਉੱਦਾਂ ਸੋਹਣਾ, ਇੱਥੇ ਫੋਟੋ ਸ਼ੂਟ ਵਗੈਰਾ ਵਧੀਆ ਹੋਣੇ। ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ, ਗਾਲ ਨੀ ਕੱਢਣੀ ਆਪਾਂ, ਨਹੀਂ ਹੁਣ ਖਾਵਾਂਗੇ ਖਾਣਾ ਇਦਾਂ ਦਾ। ਟੋਏ ਕਾਹ ਤੋਂ ਕੱਢਦੇ ਇੱਥੇ, ਛੇ ਸੱਤ ਸਾਲ ਬਾਅਦ ਆਪਾਂ ਆਏ ਹਨਾ ਵੀਰੇ, ਆ ਤਾਂ ਮੈਂ ਝੂਠ ਕਹਿ ਬੈਠਾ, ਮਾਫ਼ ਕਰ ਦਿਓ ਜੀ ਵੀਰੇ, ਬਾਜ਼ੀਆਂ ਮਾਰਾਂਗਾ ਹੁਣ ਨੀ ਮਾਰਨੀਆਂ। ਉਹਦੇ ਸਫਾਈ ਬਹੁਤ ਹੁੰਦੀ ਸੀ, ਸਫਾਈ ਬਹੁਤ ਹੁੰਦੀ ਸੀ ਉਦੋਂ, ਸਫਾਈ ਸਫੂਈ ਬਹੁਤ ਹੁੰਦੀ ਸੀ। ਹੁਣ ਤਾਂ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਇੱਥੇ। ਉਹ ਯਾਰ ਹੁਣ ਬਹੁਤ ਸਫਾਈ ਕਿੱਥੇ ਕਰਦੇ ਆ, ਬਸ ਉਹਨੇ ਕੋ ਏਰੀਆ 'ਚ ਕਰਦੇ, ਨਹੀਂ ਮੈਂ ਮੇਲੇ ਲਾ ਕੇ ਕਰ ਦਿੰਦੇ ਇਹਦੀ, ਨਹੀਂ ਇੱਧਰ ਨਹੀਂ ਕਰਦੇ। ਹੂੰ ਉਹ ਉੱਧਰ ਉੱਧਰ ਹੀ ਚੱਲ ਕਰਦੇ ਆ, ਚਲੋ ਚਲੀਏ ਆਪਾਂ ਨਾ ਉਹ ਵੀ ਦਿਖਾਉਂਦੇ ਹਾਂ ਜਿੱਥੇ ਸਾਡੇ ਨਾ ਇੱਕ ਹੋਰ ਆ ਇੱਥੇ ਲਾਗੇ ਹੀ ਜਗ੍ਹਾ ਆ, ਉਹ ਵੀ ਉੱਥੇ ਤੁਹਾਨੂੰ ਦਿਖਾਉਂਦੇ, ਬੋਰਡ ਬਹੁਤ ਪੁਰਾਣੇ ਆ, ਉਹਦਾ ਨਾ ਟਾਣਾ ਟੁੱਟ ਗਿਆ ਹੁਣ ਇੱਕ, ਤੇ ਪਹਿਲਾਂ ਨਾ ਸਾਨੂੰ ਜਿੱਦਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀਗੇ ਉਹਦਾ ਇਤਿਹਾਸ ਤੁਹਾਨੂੰ ਦੱਸਦੇ ਅਸੀਂ ਉੱਥੇ ਜਾ ਕੇ, ਉਹ ਜਿਹੜਾ ਬੋਰਡ ਆ ਨਾ ਉਹਦੇ ਉੱਤੇ ਬਹਿ ਕੇ ਅਸੀਂ ਇੱਦਾਂ ਟਾਣਾ ਹਿਲਾ ਦੇਣਾ, ਮੱਲੀ ਟੁੱਟ ਗਿਆ ਉਹ ਹਨਾ, ਮੈਂ ਉਹਦਾ ਝੂਟੇ ਲੈ ਆਉਂਦੇ ਤੇ ਉਹ ਨਾ ਟਾਣਾ ਹਿਲਾ ਦੇਣਾ, ਤੇ ਉਹ ਜਿੱਦਣ ਮੇਲਾ ਹੋਣਾ ਉਦਣ ਉਦਾਂ ਵੀ ਅਸੀਂ ਜਾਂਦੇ ਰਹੇ ਹਾਂ, ਜਿੱਦਣ ਟਾਣਾ ਟੁੱਟਿਆ ਸਭ ਵਿੱਚੋਂ ਨਿਕਲਿਆ ਟਾਣੇ ਦੇ, ਤੇ ਉਹ ਨਾ ਇੱਦਾਂ ਹਿਲਦਾ ਹੀ ਰਹਿੰਦਾ ਹੁੰਦਾ ਸੀਗਾ ਉਹ। ਕੈਮਰਾਮੈਨ ਬੰਦ ਕਰ ਦਿਓ, ਚਲਾ ਲੇਗਾ ਦਵਾਂ ਚਾਬੀ ਚਲਾਏਗਾ।
ਕਿਤੇ ਮੱਥਾ ਟੇਕ ਨਹੀਂ ਜਾਣਾ ਹੈ ਮੱਥਾ ਟੇਕ ਨਹੀਂ ਜਾਣਾ ਉੱਥੇ ਦੇ ਵੇਖ ਲੋ ਪੜਾ ਦੋ ਮੋਲੀ ਨਹੀਂ ਸਿੱਧੀ ਨਾ ਜਾਣੀ ਉਹ ਬਿਲਕੁਲ ਨਹੀਂ ਵੇਖੀ ਹੁਣ ਆਪਣੇ ਕੋਲ ਟਾਈਮ ਥੋੜਾ ਆਪਣਾ ਡੇਰੀ ਦਾ ਟਾਈਮ ਹੋ ਗਿਆ ਧਾਰਾਂ ਵੀ ਚੋਣੀਆਂ ਜਾ ਕੇ ਹੁਣ ਛੇਤੀ ਚਲੋ ਆਪਾਂ ਨਾ ਪਹੁੰਚ ਗਏ ਤਾਂ ਸਾਡੇ ਪਿੰਡ ਜਗ੍ਹਾ ਚੜੀ ਆ ਇਹ ਨਾਂ ਹੈਗਾ ਬਾਬਾ ਤਪੀ ਸ਼ਾਹ ਜੀ ਆ ਬੋਰਡ ਆ ਇਹ ਬੋਰਡ ਬਹੁਤ ਪੁਰਾਣੇ ਆ ਟਾਣਾ ਟੁੱਟ ਗਿਆ ਹੈਗਾ ਅਸੀਂ ਨਾ ਇੱਥੇ ਬਹਿ ਕੇ ਝੂਟੇ ਲੈਂਦੇ ਹੁੰਦੇ ਸੀ ਉਹਨੇ ਇੱਕ ਵਾਰੀ ਹਿਲਾਉਣਾ ਉਹਨੇ ਹਿੱਲੀ ਜਾਣਾ ਮੁੜ ਟਾਣਾ ਟੁੱਟਾ ਵੀ ਦਿਖਾਓ ਨਾ ਉਹ ਪਰਲੇ ਬੋਰਡ ਦਾ ਟੁੱਟਾ ਹੈ ਦੇਖਦਾ ਦੇਖਦੇ ਆ ਨਹੀਂ ਇਹਦਾ ਵੀ ਟੁੱਟਾ ਨਾ ਇੱਕ ਇਹਦਾ ਆਪਣੇ ਆਪ ਟੁੱਟਾ ਸੀ ਉਹ ਟੁੱਟਾ ਉਹਦਾ ਆਓ ਆਪਾਂ ਉੱਧਰ ਦਿਖਾਈਏ ਨਿਆਣੇ ਸੀ ਜਦੋਂ ਦੇਖਦੇ 70 ਸਾਲ ਉਹ ਜਿੱਥੇ ਕੁ ਤੱਕ ਆਪਾਂ ਨੂੰ ਐਸਟੀਮੇਟ ਆ ਦੇਖਦੇ ਜਿਹਨਾਂ ਨੇ ਦੱਸਿਆ 200 ਸਾਲ ਪੁਰਾਣੇ ਤਾਂ ਹੈਗੇ ਹੀ ਆ ਬਾਕੀ ਪਹਿਲਾਂ ਦੇ ਹੋਣਗੇ ਤਾਂ ਪਤਾ ਨੀ ਆਹ ਜਿਹੜਾ ਟਾਣਾ ਸੀ ਆਹ ਟੁੱਟਿਆ ਟਾਣਾ ਹਜੇ ਵੀ ਇੱਥੇ ਹੀ ਆ ਸਾਰੇ ਭੱਜ ਗਏ ਜਦੋਂ ਟੁੱਟਿਆ ਸੱਪ ਨਿਕਲਿਆ ਸਾਰੇ ਭੱਜ ਭੁੱਜ ਗਏ ਸੀ ਹਜੇ ਨਾ ਮੁਰੰਮਤ ਚੱਲ ਰਹੀ ਹੁਣ ਚਲੋ ਵਧੀਆ ਕਰ ਦਿੱਤਾ ਹੁਣ ਮਿਸਤਰੀ ਲੱਗੇ ਆ ਆਜੋ ਸਰ ਆਜੋ ਹੁਣ ਮੱਥਾ ਟੇਕ ਲਈਏ ਆਏ ਤਾਂ ਹੈਗੇ ਆ ਉੱਦਾਂ ਮੈਂ ਆਉਣਾ ਹੁੰਦਾ ਇੱਥੇ ਮੱਥਾ ਟੇਕਣ ਅੱਜ ਫਿਰ ਆਏ ਅੱਜ ਫਿਰ ਟੇਕ ਜਾਈਏ ਹੋਰ ਜੀ ਮਹਾਰਾਜ ਪੈਰੋਂ ਨੰਗੇ ਇਹ ਬਾਬਾ ਤਪੀ ਸ਼ਾਹ ਜੀ ਕਿਰਪਾ ਕਰਿਓ ਜੀ ਤੈਨੂੰ ਅੱਗੇ ਵੀ ਦੱਸਿਆ ਸੀ ਆਹ ਸਾਡਾ ਕੈਮਰਾਮੈਨ ਇਹ ਜ਼ਿਆਦਾ ਫੀਲਿੰਗ ਲੈਂਦਾ ਕਦੀ ਕਦੀ ਨਾ ਥੱਲੇ ਰੱਖ ਲੈਂਦਾ ਹੱਥ ਪਤਾ ਨੀ ਕੀ ਦਿਖਾਉਂਦਾ ਰਹਿੰਦਾ ਇਹ ਲਓ ਵੀ ਮਿੱਤਰੋ ਮੈਂ ਪਹੁੰਚ ਗਿਆ ਘਰੇ ਤੇ ਗੱਡੀ ਲਾਤੀ ਆ ਮੋੜ ਕੇ ਘਰਦੇ ਕਹਿੰਦੇ ਜਾਣਾ ਕਿਤੇ ਉਹ ਚੱਲੇ ਆ ਤੇ ਪਤਾ ਨਹੀਂ ਕਿੱਧਰ ਨੂੰ ਚੱਲੇ ਆ ਜਾ ਕੇ ਦੇਖਦਾ ਕੀ ਹਿਸਾਬ ਕਿਤਾਬ ਆ ਦੇਖੀਏ ਸਹੀ ਆਪਾਂ ਕਿੱਧਰ ਨੂੰ ਤਿਆਰੀ ਖਿੱਚਤੀ ਦੀਦੀ ਹੋਣਾ ਮੈਨੂੰ ਦੱਸਿਆ ਹੀ ਨਹੀਂ ਯਾਰ ਸਾਰਿਆਂ ਨੇ ਜਾ ਕੇ ਸਾਰਨਾ ਨੀ ਕਦੋਂ ਪਤਾ ਏਦਾਂ ਤੇ ਤੂੰ ਤਾਂ ਵੱਡੀ ਉਮਰ ਕਰੇ ਰਹੋ ਤੇਰੇ ਫਾਦਰ ਸਾਹਿਬ ਜਾਣ ਕਰਦੇ ਚਲੋ ਠੀਕ ਆ ਜਾਓ ਫਿਰ ਬਾਏ ਚਲੋ ਚੰਗਾ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਓਕੇ ਬਾਏ ਬਾਏ ਟੇਕ ਕੇਅਰ